ਇੱਕ ਵਾਰ ਨਾ ਕਿਸੇ ਠੱਗ ਨੇ ਕਿਸੇ ਨੂੰ ਠੱਗ ਲਿਆ ਤੇ ਜਿਹੜਾ ਬੰਦਾ ਠੱਗਿਆ ਗਿਆ ਉਹਨੇ ਜਾ ਕੇ ਰਾਜੇ ਕੋਲੇ ਸ਼ਿਕਾਇਤ ਕਰਤੀ ਕਿ ਇਹ ਬੰਦੇ ਨੇ ਮੈਨੂੰ ਠੱਗ ਲਿਆ ਤਾਂ ਜਦੋਂ ਰਾਜੇ ਦੀ ਕਚਹਿਰੀ ਦੇ ਵਿੱਚ ਪੇਸ਼ ਹੋਏ ਤਾਂ ਰਾਜੇ ਨੇ ਸਵਾਲ ਕਰਿਆ ਕਿ ਤੂੰ ਇਹਨੂੰ ਕਿਉਂ ਠੱਗਿਆ ਤੇ ਤੂੰ ਇਹਦਾ ਯਕੀਨ ਕਿਉਂ ਤੋੜਿਆ ਤਾਂ ਠੱਗ ਨੇ ਸਵਾਲ ਦੇ ਜਵਾਬ ਦੇ ਵਿੱਚ ਜਵਾਬ ਦਿੱਤਾ ਕਿ ਜੇ ਇਹ ਮੇਰੇ ਤੇ ਵਿਸ਼ਵਾਸ ਨਾ ਕਰਦਾ ਫਿਰ ਮੈਨੂੰ ਠੱਗ ਹੀ ਨਹੀਂ ਸਕਦਾ ਸੀ ਕਿਉਂਕਿ ਕਿਸੇ ਵੀ ਬੰਦੇ ਨੂੰ ਠੱਗਣ ਵਾਸਤੇ ਜ਼ਰੂਰੀ ਹੈ ਕਿ ਉਹ ਤੁਹਾਡੇ ਤੇ ਵਿਸ਼ਵਾਸ ਕਰੇ ਤਾਂ ਜਦੋਂ ਹੀ ਅਸੀਂ ਕਿਸੇ ਤੇ ਵਿਸ਼ਵਾਸ ਕਰਦੇ ਹਾਂਗੇ ਤਾਂ ਜੇ ਸਾਹਮਣੇ ਵਾਲਾ ਬੰਦਾ ਸਾਡੇ ਵਿਸ਼ਵਾਸਯੋਗ ਦਾ ਪਾਤਰ ਨਹੀਂ ਹੈਗਾ ਤਾਂ ਉੱਥੇ ਬਹੁਤ ਜ਼ਿਆਦਾ ਚਾਂਸ ਖੜਾ ਹੋ ਜਾਂਦਾ ਕਿ ਉਹ ਤੁਹਾਨੂੰ ਠੱਗ ਸਕਦਾ ਹੈਗਾ ਤਾਂ ਜਦੋਂ ਵੀ ਕਿਸੇ ਤੇ ਵਿਸ਼ਵਾਸ ਕਰਦੇ ਹੋ ਤਾਂ ਉਹਨੂੰ ਦੋ ਵਾਰੀ ਨਹੀਂ ਤਿੰਨ ਵਾਰੀ ਸੋਚੋ ਕਿ ਕੀ ਸੱਚਮੁੱਚ ਹੀ ਇਹ ਬੰਦਾ ਵਿਸ਼ਵਾਸ ਕਰਨ ਦੇ ਕਾਬਿਲ ਹੈਗਾ ਜੇ ਹੈਗਾ ਤਾਂ ਹੀ ਉਹਦੇ ਤੇ ਵਿਸ਼ਵਾਸ ਕਰੋ ਨਹੀਂ ਤਾਂ ਠੱਗਾਂ ਦੀ ਜਿਹੜੀ ਪਹਿਲੀ ਰਿਕੁਆਇਰਮੈਂਟ ਆ ਉਹ ਇਹੀ ਹੈ ਕਿ ਤੁਸੀਂ ਉਹਦੇ ਤੇ ਵਿਸ਼ਵਾਸ ਕਰੋ ਤੇ ਉਹਦੀ ਜਿਹੜੀ ਕੰਡੀਸ਼ਨ ਆ ਪੂਰੀ ਹੋ ਜਾਏ ਤੇ ਫਿਰ ਉਹ ਤੁਹਾਨੂੰ ਠੱਗ ਸਕੇ ਉਮੀਦ ਆ ਗੱਲ ਚੰਗੀ ਲੱਗੀ ਹੋਊਗੀ